ਵਿਰੋਧੀਆਂ ਤੇ ਨਿਸ਼ਾਨਾ ਲਗਾਉਣ ਵਾਲੇ ਆਏ ਖੁਦ ਵਿਰੋਧੀਆਂ ਦੇ ਨਿਸ਼ਾਨੇ ਤੇ। ਡਰੱਗ ਤਸਕਰੀ ਮਾਮਲੇ ਵਿੱਚ ਹੋਇਆ ਵੱਡਾ ਖੁਲਾਸਾ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖੇਰਾ ਦਾ ਨਾਂ ਆ ਰਿਹਾ ਹੈ ਸਾਹਮਣੇ। ਪੁਲਿਸ ਵੱਲੋਂ ਗੁਰਦੇਵ ਸਿੰਘ ਦੇਬੀ ਨੂੰ ਡਰੱਗ ਤਸਕਰੀ ਮਾਮਲੇ ਵਿੱਚ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਦੇ ਤਾਰ ਵਿਧਾਇਕ ਸੁਖਪਾਲ ਸਿੰਘ ਖੇਰਾ ਨਾਲ ਜੁੜਦੇ ਨਜ਼ਰ ਆਏ, ਪਰ ਖੇਰਾ ਵੱਲੋਂ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਕੇ ਇਸ ਮਾਮਲੇ ਵਿੱਚ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਦੂਜੇ ਪਾਸੇ ਉਹ ਦੋਸ਼ੀ ਨੂੰ ਵੀ ਬਚਾਉਂਦੇ ਹੋਏ ਨਜ਼ਰ ਆਏ। ਉਹਨਾਂ ਨੇ IG ਪਰਮਰਾਜ ਸਿੰਘ ਉਮਰਾ ਨੰਗਲ ਨੂੰ 6 ਵਾਰ ਫੋਨ ਕੀਤਾ, ਪਰ ਉਹਨਾਂ ਨੇ ਸੁਖਪਾਲ ਖੇਰਾ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਦੀ ਗੱਲ ਕਹੀ। ਆਓ ਸੁਣਦੇ ਹਾਂ ਕੀ ਕਹਿੰਦੇ ਹਨ IG ਉਮਰਾ ਨੰਗਲ। ਇਹ ਗੱਲਾਂ ਜਿਹੜੀਆਂ ਐਕਸਚੇਂਜ ਹੋਈਆਂ, ਜੇ ਮੈਨੂੰ ਕਾਲ ਕਰਨੀ ਮੇਰੇ ਨੰਬਰ ਤੇ ਕਾਲ ਕਿਉਂ ਕੀਤੀ? ਫਿਰ ਮੇਰੇ ਗਨਮੈਨ ਦੇ ਨੰਬਰ ਤੇ ਕਿਉਂ ਕਾਲ ਆਈਆਂ? ਫਿਰ ਮਿਸ ਕਾਲ ਕਰਕੇ ਉਹਨੂੰ ਦੱਸਣਾ ਕਿ ਵੀ ਮੈਂ ਫੋਨ ਕਰ ਰਿਹਾ ਤੇ ਤੂੰ ਫੋਨ ਆਨ ਕਰ, ਕੋਈ ਨਾ ਕੁਛ ਤੇ ਪਤਾ ਹੋਊਗਾ ਨਾ। ਮੈਨੂੰ ਉਸ ਵੇਲੇ ਕੋਈ ਇਹਦੇ ਬਾਰੇ ਇਲਮ ਨਹੀਂ ਸੀ ਕਿ ਇਸ ਬਾਰੇ ਕੀ ਚੱਲ ਰਿਹਾ, ਕਿਉਂਕਿ ਮੈਂ ਉਦੋਂ ਛੁੱਟੀ ਤੋਂ ਆਇਆ ਸੀ। ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਜਾਂ ਤਾਂ ਤੁਸੀਂ SSP ਨਾਲ ਗੱਲ ਕਰ ਲਓ ਜਾਂ ਤੁਸੀਂ DI ਨਾਲ ਗੱਲ ਕਰ ਲਓ। ਫਿਰ ਉਸੇ ਦਿਨ ਸੇਮ ਡੇ ਮੈਂ ਫਰੀਦਕੋਟ ਆ ਗਿਆ, ਜਦੋਂ ਗੁਰਪ੍ਰੀਤ ਸਿੰਘ ਨੂੰ ਫੜਿਆ ਉੱਥੇ ਮੈਂ ਇਹਨੂੰ ਫਿਰ ਮੈਨੂੰ ਫੋਨ ਆਇਆ, ਮੈਂ ਕਿਹਾ ਯਾਰ ਗੱਲ ਕਰ ਲਓ ਤੁਸੀਂ DI ਸਾਹਿਬ ਨਾਲ, ਤੁਹਾਨੂੰ ਦੱਸਦੇ। ਉਹਨਾਂ ਨੇ ਇਹਨੂੰ ਬੜੀ ਮਤਲਬ ਖੁੱਲ੍ਹ ਕੇ ਸਮਝਾਇਆ ਕਿ ਤੁਸੀਂ ਇਸ ਚੱਕਰ 'ਚ ਨਾ ਪਓ, ਇਹ ਸਮਗਲਰ ਬੰਦੇ ਨੇ। ਇੱਕ ਹੋਰ ਵੱਡਾ ਖੁਲਾਸਾ ਖੇਰਾ ਦੀ ਜਾਇਦਾਦ ਵਿੱਚ ਹੋਏ ਕਰੋੜਾਂ ਰੁਪਏ ਦੇ ਇਜ਼ਾਫੇ ਦਾ ਹੈ। ਸਾਲ 2007 ਦੀਆਂ ਚੋਣਾਂ ਵਿੱਚ ਸੁਖਪਾਲ ਸਿੰਘ ਖੇਰਾ ਨੇ ਆਪਣੀ ਜਾਇਦਾਦ 2 ਕਰੋੜ ਦੱਸੀ ਸੀ, ਪਰ ਸਾਲ 2012 ਵਿੱਚ ਇਹ 52 ਕਰੋੜ ਹੋ ਗਈ। ਇਹਨਾਂ 5 ਸਾਲਾਂ ਵਿੱਚ ਸੁਖਪਾਲ ਖੇਰਾ ਨੇ ਅਜਿਹਾ ਕਿਹੜਾ ਕਾਰੋਬਾਰ ਕੀਤਾ ਕਿ ਜਾਇਦਾਦ ਵਿੱਚ 50 ਕਰੋੜ ਦਾ ਇਜ਼ਾਫਾ ਹੋ ਗਿਆ? ਜਦੋਂ ਸੁਖਪਾਲ ਖੇਰਾ ਇਸ ਮਾਮਲੇ ਵਿੱਚ ਫਸਦੇ ਨਜ਼ਰ ਆਏ ਤਾਂ ਉਹਨਾਂ ਦੇ ਅਸਤੀਫੇ ਦੀ ਮੰਗ ਉੱਠਣਾ ਲਾਜ਼ਮੀ ਸੀ, ਪਰ ਖੇਰਾ ਉਦੋਂ ਬੁਰੇ ਫਸ ਗਏ ਜਦੋਂ ਉਹਨਾਂ ਨੇ ਢਾਡੀ ਜਥਿਆਂ ਵਿਰੁੱਧ ਹੀ ਬਿਆਨਬਾਜ਼ੀ ਕਰ ਦਿੱਤੀ, ਜਿਸ ਦੀ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਓ ਸੁਣਦੇ ਹਾਂ ਕੀ ਕਹਿੰਦੇ ਹਨ ਦਲਜੀਤ ਸਿੰਘ ਚੀਮਾ। ਆਪਣੇ ਬਿਆਨ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੇਰਾ ਦਾ ਇਹ ਕਹਿਣਾ ਕਿ ਕਾਂਗਰਸ ਤੇ ਅਕਾਲੀ ਰਲ ਕੇ ਮੇਰੇ ਖਿਲਾਫ਼ ਢਾਡੀਆਂ ਵਾਂਗੂ ਕੂੜ ਪ੍ਰਚਾਰ ਕਰ ਰਹੇ ਹਨ, ਮੈਂ ਸਮਝਦਾ ਇਹ ਢਾਡੀ ਪ੍ਰਥਾ ਦਾ ਜਿਹੜਾ ਕਿ ਸਾਡਾ ਇੱਕ ਬਹੁਤ ਹੀ ਸਤਿਕਾਰਤ ਅੰਗ ਹੈ ਸਿੱਖੀ ਦਾ, ਉਹਨਾਂ ਦਾ ਬਹੁਤ ਵੱਡਾ ਅਪਮਾਨ, ਉਹਨਾਂ ਨੂੰ ਤੁਰੰਤ ਇਹ ਲਫ਼ਜ਼ ਵਾਪਸ ਲੈਣੇ ਚਾਹੀਦੇ ਆ, ਇੱਥੇ ਮਾਫ਼ੀ ਮੰਗਣੀ ਚਾਹੀਦੀ ਹੈ। ਹੁਣ ਸੁਖਪਾਲ ਖੇਰਾ ਇਸ ਮਾਮਲੇ ਵਿੱਚੋਂ ਖੁਦ ਨੂੰ ਕਿਵੇਂ ਬਚਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਤਿਹ ਨਿਊਜ਼ ਪਲੱਸ ਚੈਨਲ ਦੀ ਵਿਸ਼ੇਸ਼ ਰਿਪੋਰਟ। ਹੁਣ ਤੁਸੀਂ ਸਾਨੂੰ ਵੇਖ ਸਕਦੇ ਹੋ ਫੇਸਬੁੱਕ, ਯੂਟਿਊਬ ਅਤੇ ਵਟਸਐਪ ਉੱਪਰ, ਅਤੇ ਸਾਡੀ ਵੈਬਸਾਈਟ ਨੂੰ ਲੌਗਇਨ ਕਰਨਾ ਨਾ ਭੁੱਲਿਓ, ਫਤਿਹ ਨਿਊਜ਼ ਪਲੱਸ .com।